ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੋਲਾ ਸਾਹਿਬ ਦੇ ਦਰਸ਼ਨ ਵਾਸਤੇ ਸੰਗਤਾਂ ਜਿਹੜੀਆਂ ਪਹਿਲੀ ਤਰੀਕ ਤੋਂ ਖੰਡਾਲਾ ਸੈਣੀਆਂ ਤੋਂ ਚੱਲਦੀ ਸੰਗਤ ਹੈ ਗੁਰੂ ਨਾਨਕ ਸਾਹਿਬ ਜੀ ਦੇ ਅੰਸ਼ ਬੰਸ਼ ਦੇ ਵਿੱਚੋਂ ਜਿਹੜੇ ਬੇਦੀ ਸਾਹਿਬ ਨੇ ਉਹ ਕਾਫੀ ਸਮੇਂ ਤੋਂ ਹੀ ਜਦੋਂ ਛੋਟੇ ਛੋਟੇ ਹੁੰਦੇ ਉਦੋਂ ਤੋਂ ਚੱਲਦੇ ਆਉਂਦੇ ਆ ਅਤੇ ਸੰਗਤਾਂ ਦਾ ਉਤਸ਼ਾਹ ਜਿਹੜਾ ਬਹੁਤ ਜ਼ਿਆਦਾ ਆ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜੋ ਕਿ ਪੈਦਲ ਸੰਗਤ ਜਿਹੜੀ ਆ ਗੁਰੂ ਨਾਨਕ ਸਾਹਿਬ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਡੇਰਾ ਸਾਹਿਬ ਜਾਂਦੀ ਆ ਉਹਦੇ ਵਾਸਤੇ ਅਸੀਂ ਜਿਹੜਾ ਹਰ ਸਾਲ ਇੱਥੇ ਲੰਗਰ ਦਾ ਪ੍ਰੋਗਰਾਮ ਕਰਦੇ ਹਾਂ ਤਕਰੀਬਨ ਇੱਕ ਅੱਧੇ ਕਿਲੋਮੀਟਰ ਦੇ ਵਿੱਚ ਤਿੰਨ ਚਾਰ ਲੰਗਰ ਲੱਗੇ ਆ। ਅਸੀਂ ਜੋ ਬਾਬਾ ਜੀ ਨੇ ਐਤਕਾ ਕਿਰਪਾ ਕੀਤੀ ਆ ਅਸੀਂ ਸਿਰਫ ਫਰੂਟ ਦਾ ਹੀ ਲੰਗਰ ਲਾਇਆ ਸੇਬ ਅਤੇ ਕੇਲੇ ਅਤੇ ਬਾਕੀ ਜਿਹੜੀ ਅੰਮ੍ਰਿਤ ਲੱਸੀ ਤੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣ ਵਾਲੇ ਪਿਆਉਂਦੇ ਰਹੇ ਉਹ ਲੱਸੀ ਦਾ ਲੰਗਰ ਜਿਹੜਾ ਉਹ ਹਰ ਸਾਲ ਚੱਲਦਾ ਉਹ ਚਲਾਉਂਦੇ ਹਾਂ। ਦੇਖੋ ਜਿੰਨੀ ਕਿ ਸਾਡੀ ਹੋਸ਼ ਹੋ ਗਈ ਹੈ ਮੈਂ ਤਾਂ ਲਗਭਗ ਜਦੋਂ ਦੇ ਆਪਣੀ ਹੋਸ਼ ਦੇ ਵਿੱਚ ਲਾਉਂਦੇ ਹੀ ਆ ਉਹ ਤੋਂ ਪਹਿਲਾਂ ਵੀ ਲੱਗਦਾ ਰਿਹਾ ਅਤੇ ਹੁਣ ਵੀ ਲੱਗਦਾ ਅੱਗੇ ਵੀ ਬਾਬਾ ਨਾਨਕ ਕਿਰਪਾ ਕਰੂਗਾ ਸਾਡੀ ਆਉਣ ਵਾਲੀ ਪੀੜ੍ਹੀ ਹੈ ਮੈਂ ਅਰਦਾਸ ਬੇਨਤੀ ਕਰਦਾ ਕਿ ਉਹ ਵੀ ਇੱਦਾਂ ਹੀ ਸੰਗਤਾਂ ਦੀ ਸੇਵਾ ਵਿੱਚ ਜਿਹੜੀ ਉਹ ਲੱਗੀ ਰਹੇ। ਦੇਖੋ ਇਕੱਠ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਾਹਿਬ ਦਾ ਮੇਲਾ ਵਾ ਇਕੱਠ ਦੇ ਅਜੇ ਡੇਰਾ ਬਾਬਾ ਨਾਨਕ ਜਾ ਕੇ ਕੱਲ੍ਹ ਨੂੰ ਬਹੁਤ ਜ਼ਿਆਦਾ ਜਿਹੜਾ ਹੋਣਾ ਵਾ ਇੱਥੋਂ ਤਾਂ ਸੰਗਤ ਜਿਹੜੀ ਉਹ ਤੁਰੀ ਜਾਣ ਰਹੀ ਹੈ ਸਵੇਰ ਦੀ ਤਕਰੀਬਨ 5 ਵਜੇ ਦੇ ਲੋਕ ਜਿਹੜੇ ਉਹ ਜਾਣ ਰਹੀ ਆ ਸੰਗਤ ਦਰਸ਼ਨ ਕਰਨ ਵਾਸਤੇ। ਇਕੱਠ ਜਿਹੜਾ ਸੰਗਤਾਂ ਦਾ ਗੁਰੂ ਨਾਨਕ ਦੇਵ ਜੀ ਦੀ ਭਗਤੀ ਇੰਨੀ ਆ ਉਹਨਾਂ ਦੀ ਭਗਤੀ ਸ਼ਕਤੀ ਦੇ ਕਰਕੇ ਸਾਰੀ ਦੁਨੀਆ ਦਾ ਜਿਹੜਾ ਇਕੱਠ ਆ। ਬਸ ਸੰਗਤ ਨੂੰ ਮੈਂ ਇਹੋ ਬੇਨਤੀ ਕਰਦਾ ਵੀ ਆਪਾਂ ਸੰਗਤ ਨੂੰ ਬੇਨਤੀ ਕਰਦਾ ਵੀ ਮੇਲਾ ਨਾ ਆਪਾਂ ਇਹਨੂੰ ਬਣਾਈਏ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚੋਲੇ ਦੇ ਸੰਬੰਧ ਵਿੱਚ ਸੰਗਤ ਜਾਣ ਰਹੀ ਆਪਾਂ ਸੰਗਤ ਦਾ ਰੂਪ ਦੇ ਕੇ ਸਾਰੇ ਜਾਣੇ ਪਿਆਰ ਸਤਿਕਾਰ ਦੇ ਨਾਲ ਜਿਹੜਾ ਇਹਨੂੰ ਆਪਾਂ ਇਹਨਾਂ ਸਾਰੀ ਸੰਗਤ ਦੇ ਵਿੱਚੋਂ ਦੀ ਵਿਚਰੀਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹ ਤਾਂ ਪ੍ਰਕਾਸ਼